शराब पीना ते सिगरेट पीनी सेहत लई हानिकारक है। घर जो सफर करो, चलो भी चढ़ जो। चलो 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 थोड़े वास्ता कुछ नहीं, सारे पीछे हट जाओ, मैं करता ड्राइव। ये जी मिलन सिया पिंड दा इकलौता विचोला, ये व्याह करा के लोका नु फसावे या फसा के लोका दा व्याह कराए, पानी तो इन्हें लोका ते करे स्यापे ही है। आओ वेखदे हैं अज ये की देकर स्यापा पौन चलिया है। ਇਹ ਜੀ ਬੇਬੇ ਦੀ ਲਾਡਲੀ ਬੰਨੋ, ਅਸੀਂ ਨੈਣ ਸੁਖ ਬਾਰੇ ਤਾਂ ਬਹੁਤ ਸੁਣਿਆ, ਜਿਨ੍ਹਾਂ ਨੂੰ ਸ਼ਾਮੀ 6 ਵਜੇ ਤੋਂ ਬਾਅਦ ਵਿਖਣਾ ਬੰਦ ਹੋ ਜਾਂਦਾ, ਪਰ ਇਹੋ ਜੀ ਮਹਾਨ ਹਸਤੀ ਹੈ ਜਿਹਦਾ ਸ਼ਾਮੀ 6 ਵਜੇ ਤੋਂ ਬਾਅਦ ਦਿਮਾਗ ਚੱਲਣਾ ਬੰਦ ਹੋ ਜਾਂਦਾ। ਆਓ ਵੇਖਦੇ ਹਾਂ ਮਿਲਨ ਸਿਆਂ ਛਾਪ ਦੇ ਲਾਲਚ ਵਿੱਚ ਇਹ ਕਾਂਟੀ ਕਿਹਦੇ ਗੱਲ 'ਚ ਪਾਉਂਦਾ ਹੈ। ਬੰਨੋ ਤੂੰ ਫਿਰ ਮੁੰਡਾ ਭਜਾਤਾ, ਤੈਨੂੰ ਕਿੰਨੇ ਵਾਰੀ ਕਿਹਾ ਵੀ 6 ਵਜੇ ਤੋਂ ਬਾਅਦ ਤੂੰ ਮੁੰਡੇ ਨਾਲ ਮਿਲਿਆ ਕਰ। ਆ ਮੁੰਡਾ ਥੋੜੀ ਚੋਰ ਸੀ ਜਿਹੜਾ ਮੇਰੀ ਬਾਲੀਆਂ ਲੈ ਗਿਆ ਸੀ ਖਿੱਚ ਕੇ। ਓ ਮਾਂ, ਉਹ ਚੋਰ ਨਹੀਂ ਸੀ, ਬੜੀ ਮੁਸ਼ਕਿਲ ਤੇਰੇ ਲਈ ਮੁੰਡਾ ਫਸਾਇਆ ਸੀ। ਸੱਚੀ? ਫੇਰ ਹੁਣ ਕੀ ਹੋਊਗਾ? ਹੁਣ ਕੀ ਹੋ ਸਕਦਾ ਆ, ਜੋ ਜਿਹਾ ਵੀ ਤੇਰੇ ਲਈ ਬੇਬੇ ਨੇ ਮੁੰਡਾ ਲੱਭਿਆ ਨਾ, ਹੁਣ ਚੁੱਪਚਾਪ ਵਿਆਹ ਕਰਵਾ ਲਈ। ਜਾ ਹੁਣ ਜਾ ਕੇ ਸੋ ਜਾ। तेरा दुध तो आज मैनू बड़ा ही पतला लगता। बचड़िया तेनू अज मेरा दुध पतला लगन लग गया? ਮੈਨੂੰ ਪਤਾ ਘਰੇ ਤੈਨੂੰ ਕਿੰਨਾ ਕੁ ਦੁੱਧ ਮਿਲਦਾ, ਕਰ ਭਾਵੇਂ ਤੇਰੀ ਨੂੰਹ ਤੈਨੂੰ ਚਾਹ ਨਾ ਪੁੱਛਦੀ ਹੋਵੇ, ਇੱਥੇ ਭਾਲਦਾ ਫੈਂਟਾਂ ਵਾਲਾ ਦੁੱਧ, ਆਪਣਾ ਸਰੀਰ ਤਾਂ ਦੇਖ ਲੈ ਪਹਿਲਾਂ। ਇਹ ਜੀ ਬੇਬੇ ਮਤਲਬ ਸਾਰੇ ਪਿੰਡ ਦੀ ਬੇਬੇ, ਬੱਚੇ ਬੁੱਢੇ ਜਵਾਨ ਸਾਰੇ ਇਹਨੂੰ ਬੇਬੇ ਕਹਿ ਕੇ ਬੁਲਾਉਂਦੇ ਨੇ, ਤੇ ਇਹ ਆਪਣੇ ਸਾਰੇ ਕੰਮ ਗੰਡਾਸੇ ਦੀ ਨੋਕ ਤੇ ਕਰਾਉਂਦੀ ਹੈ। ਸਤਿ ਸ੍ਰੀ ਅਕਾਲ ਬਜ਼ੁਰਗੋ। ਉਹ ਕਿੱਥੇ ਚੱਲਿਆ ਵਿਚੋਲਿਆ? ਉਹ ਅੱਜ ਜੇਲਦਾਰਨੀ ਦੇ ਮੁੰਡੇ ਨੂੰ ਸ਼ਗਨ ਪੈਣਾ, ਮੈਂ ਤਾਂ ਉੱਥੇ ਚੱਲਿਆ ਸੀ, ਸਾਨੂੰ ਵੀ ਛਾਪਾ ਛੁਪਾ ਪੈ ਜੂ। ਲੈ ਜੇਲਦਾਰਨੀਏ, ਜਿਸ ਘੜੀ ਦਾ ਤੈਨੂੰ ਇੰਤਜ਼ਾਰ ਸੀ ਉਹ ਭਾਗਾਂ ਵਾਲੀ ਘੜੀ ਆ ਗਈ ਹੈ, ਤੇ ਸ਼ਾਮ ਨੂੰ ਮੁੰਡੇ ਨੂੰ ਸ਼ਗਨ ਪੈਣਾ ਤੇ ਖਾਤਰਦਾਰੀ ਦੇ ਵਿੱਚ ਕੋਈ ਕਮੀ ਨਾ ਰਵੇ, ਤੇ ਫੇਰ ਇੱਧਰ ਵੀ ਫੇਰ ਕੋਈ ਕਮੀ ਨਾ ਰਵੇ। ਹੈ ਮਿਲਣ ਸੇ ਆ, ਪਹਿਲਾਂ ਧਿਆਨ ਨਾਲ ਸੁਣ, ਪਹਿਲਾਂ ਮਿਲਣੀ ਤਾਂ ਹੋ ਲੈਣ ਦੇ। ਹੈ ਅਸੀਂ ਕਿਹੜੇ ਨੱਠੇ ਚੱਲੇ ਆ? ਜੈਲਦਾਰਨੀਏ ਵਧਾਈਆਂ ਤੈਨੂੰ, ਸੁਣਿਆ ਅੱਜ ਮੁੰਡੇ ਦਾ ਸ਼ਗਨ ਪੈ ਜਾਣਾ ਹੈ। ਵਧਾਈਆਂ ਭੈਣੇ ਤੈਨੂੰ ਵੀ, ਤੇ ਭੈਣੀ ਗੁੱਥੀ ਵਾਲਾ ਤੂੰ ਕੀ ਦੇਖੀ ਚਲਾ ਚੱਕ ਕੇ ਕੁਰਸੀ ਲਿਆ? ਉਸਤਾਦ ਰਿਸ਼ਤਾ ਵੀ ਅਸੀਂ ਕਰਾਈਏ ਤੇ ਕੁਰਸੀਆਂ ਵੀ ਅਸੀਂ ਲੈ ਕੇ ਆਈਏ। ਚੱਲ ਚੱਲ ਸਾਲਿਆ, ਤਾਈਓ ਦਾ ਛਾਪਾ ਪੈਣੀ ਹੈ। Run, run. ਅਦਾਰਨੀਏ ਕਿੰਨੇ ਕਰਾਇਆ ਰਿਸ਼ਤਾ? ਅਦਾਰਨੀਏ ਆ ਬੈਠੇ ਨੇ ਵਿਚੋਲਾ ਸਾਹਿਬ। ਕਿਹੜੇ ਵਿਚੋਲਿਆ? ਸਾਡੇ ਘਰੇ ਇੱਕ ਜਵਾਨ ਕੁੜੀ ਆ, ਉਹਦੇ ਵਾਸਤੇ ਵੀ ਲੱਭ ਕੋਈ ਚੰਗਾ ਜਿਹਾ ਮੁੰਡਾ। ਬੇਬੇ ਤੂੰ ਚਿੰਤਾ ਨਾ ਕਰ, ਸਾਡਾ ਤਾਂ ਕੰਮ ਹੈ ਰਿਸ਼ਤੇ ਕਰਾਉਣਾ, ਐਵੇਂ ਨਹੀਂ ਲੋਕੀ ਮੈਨੂੰ ਮਿਲਣ ਸਿਆ ਕਹਿੰਦੇ। ਅੱਛਾ, ਜਿਵੇਂ ਇਹਦਾ ਰੰਗ ਪੱਕਾ ਉਵੇਂ ਮੇਰਾ ਕੰਮ ਪੱਕਾ। ਪਹਿਲਾਂ ਤੇ ਮੈਂ ਭੈਣੀ ਗੁੱਥੀ ਆਇਆ। ਬੇਬੇ ਤੂੰ ਗੁੱਸਾ ਨਾ ਕਰਿਆ ਕਰ, ਬਸ ਤੂੰ ਚਿੰਤਾ ਨਾ ਕਰ, ਤੇਰੇ ਕਰਕੇ ਚੰਗਾ ਜਿਹਾ ਮੁੰਡਾ ਲੱਭ ਕੇ ਤੇਰੀ ਬੰਨੋ ਵਾਸਤੇ ਚੰਗਾ ਰਿਸ਼ਤਾ ਕਰ ਦੂੰਗਾ। ਚੰਗਾ ਜੇਲਦਾਰਨੀਏ, ਸਤਿ ਸ੍ਰੀ ਅਕਾਲ, ਚੰਗਾ ਬੇਬੇ, ਚੱਲਦਾ ਮੈਂ। ਨਾ ਤੈਨੂੰ ਕਮਲਾ ਲੱਗਦਾ ਮਿਲਣ ਸਿਆ? ਉਹ ਮਿੰਦੇ ਆ, ਸ਼ਾਮ ਨੂੰ ਤੇਰਾ ਰਿਸ਼ਤਾ ਆਉਣਾ ਤੇ ਤੂੰ ਇੱਥੇ ਬੁੱਢ ਤੇ ਗੇੜੀਆਂ ਮਾਰੀ ਜਾਂਦਾ, ਤੇ ਨਾਲੇ ਇਹ ਦੋ ਕੌਣ ਨੇ ਤੇਰੇ ਪਿੱਛੇ? ਮਿਲਣ ਸਿਆ, ਇਹ ਤੇ ਮੇਰੀ ਮਸਤੀ ਦੇ ਮੁੰਡੇ ਨੇ। ਇਹ ਹੈ ਜੀ ਬੱਲੀ ਤੇ ਛਿੰਦਾ, ਬੈਸਟ ਫਰੈਂਡ, ਰਹਿੰਦੇ ਆ ਸਗੇ ਭਰਾਵਾਂ ਵਾਂਗ, ਪਰ ਬਦਕਿਸਮਤੀ ਨਾਲ ਦੋਵੇਂ ਅਜੇ ਤੱਕ ਛੜੇ ਨੇ, ਤੇ ਅੱਜ ਇਹਨਾਂ ਦੀ ਮੁਲਾਕਾਤ ਮਿਲਨ ਸਿਆਂ ਨਾਲ ਹੋ ਰਹੀ ਹੈ, ਤੇ ਹੁਣ ਵੇਖਦੇ ਆ ਮਿਲਨ ਸਿਆਂ ਇਹਨਾਂ ਨੂੰ ਘੋੜੀ ਚੜਾਉਂਦਾ
या फिर लारे लांदा है। हां भाई काके हो किमे हो थोड़े ब्याह हो गए? ओ नहीं ए तो आगे छड़े ने। ओई ना ਸਾਡੇ ਸਟਾਰ ਕਰਾ ਲੈਣਗੇ ਇਹਨਾਂ ਦਾ ਵੀ ਰਿਸ਼ਤਾ। ਕੋਈ ਨਾ ਅਸੀਂ ਤਾਂ ਪੈਦਾ ਹੀ ਰਿਸ਼ਤੇ ਕਰਾਉਣ ਵਾਸਤੇ ਹੋਏ ਹਾਂ, ਕਢਾ ਦਾਂਗੇ ਇਹਨਾਂ ਦੇ ਵੀ ਕੰਡਾ। ਚੰਗਾ ਫਿਰ ਚੱਲਦੇ ਹਾਂ। ਉਹ ਕਿਤੇ ਨਹੀਂ ਡਿੱਗਦਾ, ਇਹ ਕਿਹੜਾ ਸੜੇ ਜਹਾਜ਼ ਆ। ਇਹ ਵਿਚਾਰਾ ਤੇਜਾ ਅਮਲੀ ਜਿਹਨੂੰ ਪਿੰਡ ਦੀ ਕੋਈ ਵੀ ਕੁੜੀ ਕਾ ਨਹੀਂ ਪਾਉਂਦੀ, ਆਪਣੇ ਹੱਥ ਪੀਲੇ ਕਰਾਉਣ ਲਈ ਹੁਣ ਇਹ ਮਿਲਨ ਸਿਆਹ ਨੂੰ ਲੱਭ ਰਿਹਾ ਹੈ। ਆਓ ਵੇਖਦੇ ਹਾਂ ਮਿਲਨ ਸਿਆਹ ਇਹਦੀ ਜ਼ਿੰਦਗੀ 'ਚ ਕੀ ਸਿਆਪਾ ਪਾਉਂਦਾ ਹੈ। ਡਿੱਗ ਪਿਆ ਡਿੱਗ ਪਿਆ ਅਮਲੀਆ ਤੂੰ ਥੱਲੇ ਆ ਅੱਗੇ ਬੈਠ ਅੱਗੇ ਚੱਲ ਹੁਣ ਚੱਲ। ਉਹ ਇੱਕ ਤਾਂ ਤੇਰੀ ਭੂਆ ਨਹੀਂ ਸਟਾਰਟ ਹੁੰਦੀ, ਉਹ ਤੂੰ ਤਾਂ ਜਰਾਫ ਜਿਹਾ ਆਪਣੀ ਧੌਣ ਸਾਈਡ ਕਰ ਲਾ। ਨਾ ਗੱਲ ਸੁਣ ਵਿਚੋਲਿਆ, ਤੰਦਰਾ ਤੂੰ ਲੋਕਾਂ ਦੀ ਰਸਤੇ ਕਰਾਈ ਜਾਂਦਾ ਰਹਿਣਾ, ਕੁਛ ਮੇਰੇ ਬਾਰੇ ਵੀ ਸੋਚ ਲਿਆ ਕਰ। ਮੈਂ ਐਂ ਦਾਰੂ ਪੀਂਦਾ ਪੀਂਦਾ ਮੁੱਕ ਜਾਊਂਗਾ। ਉਹ ਤੇਰੇ ਬਾਰੇ ਕੀ ਸੋਚਾਂ, ਤੇਰੇ ਬਾਰੇ ਸੋਚਦਾ ਸੋਚਦਾ ਤਾਂ ਮੈਂ ਮੁੱਕ ਜਾਣਾ। ਉਹ ਮੁੱਕਣਾ ਤਾਂ ਇੱਕ ਦਿਨ ਰੱਬ ਨੇ ਹੀ ਆ, ਉਹ ਮੈਂ ਕਹਿੰਦਾ ਕਿ ਮੁੱਕਣ ਤੋਂ ਪਹਿਲਾਂ ਤੂੰ ਮੇਰਾ ਕੁਝ ਕਰ ਜਾਂਦਾ। ਉਹ ਅਮਲੀਆ ਤੈਨੂੰ ਉਸਤਾਦ ਦਾ ਪਤਾ ਨਹੀਂ, ਉਹ ਇਹਨੇ ਤਾਂ ਉਹਨਾਂ ਦੇ ਵਿਆਹ ਕਰਵਾ ਤੇ ਜਿਨ੍ਹਾਂ ਦੀਆਂ ਕੁੰਡਲੀਆਂ ਚਲੇ ਸੀਗੇ, ਤੇਰਾ ਕਿਉਂ ਨਹੀਂ ਕਰਾਊ। ਗੱਲ ਤੇਰੀ ਠੀਕ ਹੈ, ਤੂੰ ਜਿਹੜਾ ਜਿੰਨਾ ਛੋਟਾ ਨਾ ਗੱਲ ਓਨੀ ਵੱਡੀ ਕਹਿ ਗਿਆ। ਛੋਟਾ ਜਿਹਾ ਪਹਿਲੀ ਵਾਰ ਮੇਰਾ ਕੰਮ ਆਇਆ। ਵੇਖਿਆ ਸਾਲ ਫਿਰ। ਓਏ ਅਮਲੀਆ ਤੂੰ ਚਿੰਤਾ ਨਾ ਕਰ, ਅੱਜ ਜੇਲਦਾਰਨੀ ਦੇ ਮੁੰਡੇ ਨੂੰ ਸ਼ਗਨ ਪੈਣਾ, ਤੂੰ ਉੱਥੇ ਆ ਜੀ, ਉੱਥੇ ਤੇਰਾ ਕੰਡਾ ਕੱਢ ਦੂੰ, ਕਰਾ ਦੂੰ ਤੇਰਾ ਠੰਡਾ ਦਾ ਹਿੱਲਾ। ਉਹ ਇੰਨਾ ਇਕੱਠ ਇਕੱਠਾ ਹੋ ਗਿਆ, ਹੁਣ ਜਾ ਕੇ ਕੋਈ ਗੁੱਠੀ ਦਾ ਲਿਆਓ। ਰੱਬ ਨੇ ਕਿੰਨੀ ਸੋਹਣੀ ਜੋੜੀ ਬਣਾਈ ਆ ਰੀਜਾਂ ਨਾਲ, ਜੋੜੀ ਤਾਂ ਸਾਡੀ ਬਣ ਗਈ, ਜੇ ਕੋਈ ਸੁਣਨ ਵਾਲਾ ਹੋਵੇ ਤਾਂ। ਉਹ ਬਾਈ ਇੱਧਰ ਤਾਂ ਮੁੰਦਰਾ ਪੈ ਗਈ, ਸਾਡੀ ਉਮਰ ਚ ਵੀ ਪਾ ਦਿਓ। ਸਾਹਿਬਾ
ਆ ਪੁੱਤ ਬਣ ਕੇ ਨਾ ਚਾਹ ਲੈ ਕੇ ਆ ਜਾ ਭੱਜ ਜਾ ਸ਼ਾਬਾਸ਼ ਮੇਰਾ ਪੁੱਤ ਲੈ ਆ ਪਿਆ ਪਤੀਲਾ ਹੁਣ ਮੈਂ ਪੀਪੇ ਦੇ ਛੁਆਰੇ ਕੱਢ ਲੈਂਦੀ ਆ ਛੱਡ ਮੈਨੂੰ ਕੋਈ ਵੇਖ ਲੂਗਾ ਜਿਹਨੇ ਵੇਖਣਾ ਸੀ ਵੇਖ ਲਿਆ ਹੁਣ ਤਾਂ ਮੈਂ ਮਿਰਜੇ ਨੂੰ ਵੇਖ ਬੇ ਕੰਜਰਾ ਮੇ ਤੋਂ ਬਿਨਾ ਪੁੱਛੇ ਮੇਰੇ ਮੁੰਡੇ ਦਾ ਸ਼ਗਨ ਪਵਾਤਾ ਏ ਭੂਆ ਸ਼ਗਨ ਤਾਂ ਪੈ ਗਿਆ ਨਾ ਬਸ ਤੂੰ ਖੁਸ਼ੀਆਂ ਮਨਾ ਜਾ ਨੱਚਣਾ ਟੱਪਣਾ ਵਜਾ ਢੋਲ ਗਈ ਲਾ ਸੁਪੇ ਭੂਆ ਨੂੰ ਸਾਡੇ ਕਾਨੇ ਚਾ ਸਾਡਾ ਵਿਆਹ ਪਤਨੀ ਕਦੋਂ ਹੋਣਾ ਕਦੋਂ ਤੱਕ ਅਸੀਂ ਛੜੇ ਰਹਾਂਗੇ ਓਏ ਇਹ ਕੌਣ ਹੈ ਬੜੀ ਸੋਹਣੀ ਹੈ ਯਾਰ ਵਾਕਈ ਯਾਰ ਚੱਲੀਏ ਚੱਲ ਫਿਰ ਮੈਂ ਸਟਾਰਟ ਕਰਾਂ ਨਾ ਇੱਦੇ ਆ ਜਾ ਓਏ ਇਹ ਤਾਂ ਜੈਲਦਾਰਨੀ ਦੇ ਬਾਰੇ ਚ ਗਈਆਂ ਨੇ ਇਹਦਾ ਮਤਲਬ ਆ ਜੈਲਦਾਰਨੀ ਦੀ ਕੁੜੀ ਆ ਲੱਗਦਾ ਤਾਂ ਇਹੀ ਹੈ ਪਰ ਅੰਦਰ ਤਾਂ ਦੋ ਗਈਆਂ ਨੇ ਇਹਨਾਂ ਚ ਬੇਬੇ ਵਾਲੀ ਕਿਹੜੀ ਹੈ ਉਹੀ ਤੇਰੇ ਵਾਲੀ ਜਿਵੇਂ ਬੇਬੇ ਦਾ ਰੰਗ ਹੋ ਰਿਹਾ ਮੈਂ ਬੇਬੇ ਦੀ ਕੁੜੀ ਗੋਰੀ ਇਸ ਹਿਸਾਬ ਨਾਲ ਤਾਂ ਠੀਕ ਹੈ ਪਰ ਸਿਹਤ ਦੇ ਹਿਸਾਬ ਨਾਲ ਤਾਂ ਮੈਨੂੰ ਦੂਜੇ ਵਾਲੀ ਜ਼ਿਆਦਾ ਲੱਗਦੀ ਹੈ ਗੱਲ ਤਾਂ ਤੂੰ ਠੀਕ ਕਹਿ ਰਿਹਾ ਚੱਲ ਇਹਨਾਂ ਦੀ ਪਤਾ ਲਾ ਲੈਂਦੇ ਆ ਉਹ ਕਿਵੇਂ ਤੂੰ ਇੱਥੇ ਖੜ ਮੈਂ ਹੁਣੇ ਆਉਂਦਾ ਉਹ ਚਿੰਦੇ ਕਿੱਥੇ ਰਹਿ ਗਏ ਸੀ ਯਾਰ ਤੂੰ ਇੰਨਾ ਟਾਈਮ ਲਾ ਛੱਡਿਆ ਉਹ ਨਿਕੰਮੇ ਜਿਹਾ ਟਾਈਮ ਲੱਗਦਾ ਲੈ ਆ ਫੜ ਆ ਕੀ ਹੈ ਚੱਲ ਹੁਣ ਬੁਆ ਖੜਦਾ ਉਹ ਨਹੀਂ ਉਹ ਮੈਂ ਨਹੀਂ ਜਾਂਦਾ ਅੰਦਰ ਬੇਬੇ ਆ ਮੈਨੂੰ ਡਰ ਲੱਗਦਾ ਤੂੰ ਜਾ ਗੱਲ ਸੁਣ ਮੇਰੀ ਤੇ ਪਟਾਉਂਗਾ ਹੀ ਮੈਂ ਖਾਲੀ ਆ ਬਣੀ ਗੱਲ ਉਹ ਜੈਲਦਾਰਨੀ ਨੂੰ ਬੇਬੇ ਕਹਿ ਰਹੀ ਸੀ ਇਹਦਾ ਮਤਲਬ ਉਹਦੀ ਕੁੜੀ ਹੈ ਇਹਦਾ ਮਤਲਬ ਤੇਰੀ ਗੱਲ ਬਣ ਜੂ ਗੱਲ ਤਾਂ ਬਣ ਜੂ ਪਰ ਬਿੱਲੀ ਕੇ ਗਲੇ ਮੇਂ ਘੰਟੀ ਕੌਣ ਬੰਦੇਗਾ ਇੱਕੋ ਹੀ ਬੰਦਾ ਜਿਹੜਾ ਬੇਬੇ ਦੇ ਗਲ ਚ ਘੰਟੀ ਪਾ ਦੂ ਉਹ ਕੌਣ ਉਹੀ ਮਿਲਨ ਸਿਆ ਉਹ ਸਾਡਾ ਕੰਮ ਕਰ ਦੂ ਵਿਚੋਲੇ ਸਾਲੇ ਹੁੰਦੇ ਕੀ ਜੋਗੇ ਆ ਇਹਦੇ ਭੁੱਖੇ ਆ ਅੰਗੂਠੀਆਂ ਦੇ ਚਲੀਏ ਹੋਰ ਚੱਲ ਉਹਦੇ ਨਾਲ ਗੱਲ ਕਰਦੇ ਹਾਂ ਮੈਂ ਫਿਰ ਵੀ ਤੈਨੂੰ ਚੋਰੀ ਚੋਰੀ ਮਿਲਣ ਆਉਂਦੀ ਆ ਜੇ ਉਹਨਾਂ ਨੂੰ ਪਤਾ ਲੱਗ ਗਿਆ ਮੇਰਾ ਵਿਆਹ ਕਿਤੇ ਹੋਰ ਕਰ ਦੇਣਗੇ
ਲਾਣਤਾ ਤੇਰੇ ਆਸ਼ੇ ਭਈਆਂ ਤੇ ਪਿਆਰ ਮੇਰੇ ਨਾਲ ਤਾਂ ਵਿਆਹ ਕਿਸੇ ਹੋਰ ਨਾਲ ਜਾ ਮੈਂ ਨਹੀਂ ਤੇਰੇ ਨਾਲ ਗੱਲ ਕਰਨੀ ਤੂੰ ਮੇਰੇ ਭਰਾਵਾਂ ਨੂੰ ਮਾੜਾ ਆਖਿਆ ਤੂੰ ਤਾਂ ਗੁੱਸਾ ਹੀ ਕਰ ਗਈ ਆ ਵੇਖ ਮੈਂ ਤੇਰੇ ਲਈ ਕੀ ਲੈ ਕੇ ਆਇਆ ਚਾਂਦੀ ਦੀਆਂ ਝਾਂਜਰਾਂ ਮੈਂ ਪਾਵਾਂ ਨਹੀਂ ਮੈਂ ਆਪੇ ਘਰੇ ਜਾ ਕੇ ਪਾਲੂੰਗੀ ਚੰਗਾ ਮੈਂ ਚੱਲਦੀ ਹਾਂ ਮੈਂ ਕਿਹਾ ਕਿੱਦਾਂ ਸੋਹਣਿਓ ਕਹੋ ਤਾਂ ਮੈਂ ਛੱਡ ਦਵਾਂ ਨਹੀਂ ਮੈਂ ਆਪੇ ਚੱਲ ਜੂ ਮੈਂ ਤਾਂ ਸੋਚਿਆ ਸੀ ਤੁਸੀਂ ਸ਼ਹਿਰੋਂ ਪੜ੍ਹ ਕੇ ਆਏ ਹੋ ਪਰ ਤੁਹਾਡੀ ਸੋਚ ਤਾਂ ਪਿੰਡਾਂ ਵਾਲੀ ਆ ਅੱਛਾ ਜੀ ਜੇ ਇਹ ਗੱਲ ਆ ਥੈਂਕ ਯੂ ਜੀ ਖਾਲੀ ਥੈਂਕ ਯੂ ਨਾਲ ਹੀ ਸਾਰ ਹੋ ਗਏ ਮੈਂ ਤਾਂ ਸੋਚਿਆ ਜੀ ਤੁਸੀਂ ਚਾਹ ਬਾਰੇ ਪੁੱਛੋਗੇ ਨਾ ਨਾ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਉਹ ਨਹੀਂ ਨਹੀਂ ਮੈਂ ਤਾਂ ਮਜ਼ਾਕ ਕਰਦਾ ਸੀ ਬਾਈ ਆ ਗਈ ਤੇਰੇ ਵਾਲੀ ਮੈਂ ਕਿਹਾ ਜੀ ਕਿੱਥੇ ਚੱਲੇ ਹੋ ਜੀ ਹੋਰ ਕੀ ਹਾਲ ਚਾਲ ਜੀ ਅਸਥਮਾ ਦੀ ਮਰੀਜ਼ ਆ ਸਾਹ ਰੁਕਦਾ ਮੇਰਾ ਗੱਲ ਕਰਦੀ ਦਾ ਵੇਖਣ ਜੇ ਤਾਂ ਠੀਕ ਲੱਗਦੀ ਆ ਫਿਰ ਹਾਲ ਚਾਲ ਕਿਉਂ ਪੁੱਛਦਾ ਇਹ ਜੇ ਵੇਖਣ ਮੈਂ ਠੀਕ ਲੱਗ ਰਹੀ ਹਾਂ ਤੂੰ ਇਹਦਾ ਇੰਤਜ਼ਾਮ ਕਰ ਮੈਂ ਮਿਲਣ ਸ਼ਾਹ ਨੂੰ ਬੁਲਾਉਂਦਾ ਹਾਂ ਠੀਕ ਹੈ ਚੱਲ ਚੱਲੀਏ ਬਾਈਕ ਲੈ ਲਈਏ ਬਾਈਕ ਛੱਡ ਬਾਈਕ ਜ਼ਰੂਰੀ ਆ ਕੁੜੀ ਜ਼ਰੂਰੀ ਆ ਹਾਂ ਬਈ ਓਏ ਛਿੰਦਿਆ ਅੱਜ ਫਿਰ ਕਿਵੇਂ ਯਾਦ ਕਰ ਰਿਹਾ ਵਿਚੋਲੇ ਨੂੰ ਆ ਫੜ ਗੰਨਾ ਚੂਸ ਸੁਣ ਧਿਆਨ ਨਾਲ ਗਿਆਲਦਾਰਨੀ ਦਾ ਮੁੰਡੇ ਦਾ ਸ਼ਗਨ ਪਿਆ ਸੀਗਾ ਉੱਥੇ ਮੇਰੇ ਭਾਈ ਬੱਲੀ ਨੂੰ ਕੁੜੀ ਪਸੰਦ ਆਈ ਆ ਅਬ ਸਾਨੂੰ ਨਹੀਂ ਪਤਾ ਉਹਦੇ ਨਾਲ ਗੱਲ ਤੋਰ ਜਿੱਦਾਂ ਮਰਜ਼ੀ ਕਰ ਤਾਂ ਵੈਸੇ ਵੀ ਕਿਸੇ ਦੀ ਗੱਲ ਮੋੜਦਾ ਨਹੀਂ ਇਹ ਤਾਂ ਫੇਰ ਵੀ ਮਿਲਣ ਸਿਆ ਤੇ ਕੰਮ ਦੀ ਗੱਲ ਆ ਬਸ ਤੂੰ ਚਿੰਤਾ ਨਾ ਕਰ ਕੁੜੀ ਤਾਂ ਮੈਂ ਬੱਲੀ ਨਾਲ ਮਿਲਾ ਦੂੰ ਬਸ ਤੂੰ ਥੋੜਾ ਮਾੜਾ ਜਿਹਾ ਮੇਰਾ ਖਿਆਲ ਰੱਖੀ ਉਹ ਕੋਈ ਨਾ ਤੂੰ ਗੱਲ ਤਾਂ ਅੱਗੇ ਤੋਰ ਤੇਰੇ ਬੰਬੂ ਘਰ ਦੇ ਲਵਾ ਦੇ ਮੈਂ ਸੋਨੇ ਦੀ ਘੰਟੀ ਉਸਤਾਦ ਆ ਸੋਨੇ ਦੀ ਘੰਟੀ ਦੀਆਂ ਕਿੰਨੀਆਂ ਮੁੰਦਰਾਂ ਬਣ ਜਾਣਗੀਆਂ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿੰਨੀ ਬਣੂਗੀਆਂ ਪਰ ਸੋਨੇ ਦੀ ਘੰਟੀ ਹੌਲੀ ਬਣ ਜੂਗੀਆਂ ਤੂੰ ਆ ਫੜ ਕੰਨਾ ਚੂਸ ਮੈਂ ਕਰਦਾ ਗੱਲ ਅੱਛਾ ਮੈਨੂੰ ਐ ਤਾਂ ਦੱਸ ਕੁੜੀ ਕੌਣ ਆ ਉਹੀ ਜਿਹੜੀ ਵਾਲਾਂ ਦਾ ਛੱਲਾ ਬਣਾ ਕੇ ਮੈਨੂੰ ਝੱਲਿਆ ਜਾ ਕਰ ਉਸਤਾਦ ਉਹ ਤਾਂ ਉਸੇ ਪਿੰਡਾਸੇ ਵਾਲੇ ਬੁੜੀ ਦੀ ਕੁੜੀ ਹੈ ਉਹ ਆਪਾਂ ਨਹੀਂ ਉਹਦੇ ਘਰੇ ਜਾਂਦੇ ਜੇ ਉਹ ਤਾਂ ਸੂਈ ਕੁੱਤੀ ਵਾਂਗ ਖਾਣ ਨੂੰ ਪੈਂਦੀ ਹੈ ਜਣਸਿਆ ਵੀ ਉਹ ਕੁੱਤੇ ਦਾ ਹੱਟ ਜਿਹੜਾ ਠੰਡੇ ਤਵੇ ਤੇ ਗਰਮ ਰੋਟੀਆਂ ਸੇਕਣੀ ਜਾਣਦਾ ਤੂੰ ਚਿੰਤਾ ਨਾ ਕਰ ਮੈਂ ਗੱਲ ਸਿਰੇ ਚੜਾ ਗਰਮ ਰੋਟੀ ਦਾ ਤਾਂ ਮੈਂ ਤਾਂ ਮੰਨਾਂ ਤੇ ਮਾਰੇ ਭਾਈ ਬੱਲੀ ਦਾ ਰਿਸ਼ਤਾ ਸਿਰੇ ਚੜਾ ਇਹ ਨਾ ਹੋਵੇ ਕਿਸੇ ਤੇਰੇ ਠੰਡੇ ਤਵੇ ਨੂੰ ਵੀ ਸਾਨੂੰ ਗਰਮ ਕਰਨਾ ਪਿਆ ਜਾ ਜਾ ਰਿਸ਼ਤੇ ਦੀ ਗੱਲ ਤੋਰ ਹੁਣ ਤੂੰ ਚਿੰਤਾ ਨਾ ਕਰ ਗੱਲ ਤਾਂ ਮੈਂ ਤੇਰੀ ਸਿਰੇ ਚੜਾ ਦੂੰ ਬਸ ਤੂੰ ਮੇਰਾ ਵੀ ਖਿਆਲ ਰੱਖੀ ਚਲਾਓ ਚੱਲਿਆ ਰਿਸ਼ਤਾ ਲੈ ਕੇ ਆ ਤੇਰੀ ਬੰਨੋ ਦਾ ਤੂੰ ਕਹਿੰਦੀ ਸੀ ਨਾ ਵੀ ਹਾਂ ਬੰਨੋ ਦਾ ਰਿਸ਼ਤਾ ਕਰਾ ਤੇ ਆਪਣਾ ਜੇਲਦਾਰਨੀ ਹੈ ਜੇਲਦਾਰਨੀ ਅੱਛਾ ਉਹਦਾ ਭਾਣ ਜਾ ਸ਼ਹਿਰੋਂ ਪੜ ਕੇ ਆਇਆ ਜੇ ਤੂੰ ਕਹਿੰਦੇ ਫਿਰ ਗੱਲ ਤੋਰਾ ਜਾ ਮਰ ਚਲੇ ਜਾ ਕੇ ਗੱਲ ਤੋਰ ਫਿਰ ਇੱਥੇ ਖੜਾ ਕੀ ਕਰਦਾ ਉਹ ਆ ਕੀ ਪੜਾਈ ਜਾਂਦੀ ਹੈ ਤੇ ਪ੍ਰਾਣੀ ਤਾਂ ਇਸਕੇ ਦੀ ਪੜਾਈ ਪੜਾ ਦੇਖ ਲਿਆ ਤਾਂ ਤੇਰਾ ਸਾਰਾ ਇਸਕੇ ਦਾ ਭੂਤ ਜਿਹਾ ਕੱਢ ਦੇਣਗੇ ਉਹ ਤੇਰਾ ਵੀਰਾ ਤਾਂ ਮੇਰਾ ਸਾਲਾ ਬਣੂ ਫਿਰ ਵੇਖਦਾ ਕਿਹੜਾ ਸਾਲਾ ਚੀਚੇ ਨੂੰ ਹੱਥ ਪਾਉ ਛਿੰਦਿਆ ਛੱਡ ਮੈਨੂੰ ਕੋਈ ਵੇਖ ਲੂਗਾ ਸ਼ਗਨ ਪਾਉਣ ਲਈ ਨਾ ਤੈਨੂੰ ਮੇਰੇ ਨਾਲ ਭਰਾਵਾਂ ਨਾਲ ਗੱਲ ਕਰਨੀ ਪਊਗੀ ਗੱਲ ਤਾਂ ਮੈਂ ਕਰ ਲੈਵਾਂ ਤੇ ਇਹ ਨਾ ਹੋਵੇ ਉਹ ਸਾਹਿਬਾ ਮੰਗੂ ਤੂੰ ਆਪਣੀ ਮਿਰਜ਼ੀ ਨੂੰ ਤੇਰੇ ਭਾਈਆਂ ਕੋਲੇ ਮਰਵਾ ਦੇ ਮੈਂ ਤੇਰੇ ਨਾਲ ਆ ਤੂੰ ਫਿਰ ਵੀ ਇੱਕ ਵਾਰੀ ਵੀਰੇ ਨਾਲ ਗੱਲ ਕਰਕੇ ਦੇਖ ਲਈ ਲੱਗਦਾ ਹੈ ਕਿ ਪੰਜ ਸਾਲ ਬਾਅਦ ਹੀ ਜਾਂਦਾ ਸਾਰੇ ਪੰਜ ਵਾਲੇ
ਆਇਓ ਜੀ ਬੈਹੋ ਛੱਡ ਦਿੰਦੇ ਆ ਬੈਠ ਜਿੰਨੇ ਜੀਜਾ ਜੀ ਜੀਜਾ ਜੀ ਕੌਣ ਜੀਜਾ ਜੀ ਤੁਸੀਂ ਹੋਰ ਕੌਣ ਜੀਜਾ ਜੀ ਮੈਨੂੰ ਨਹੀਂ ਸੀ ਪਤਾ ਤੁਸੀਂ ਉਸ ਦਿਨ ਬੰਨੋ ਚੱਕਰ ਕੱਟ ਰਹੇ ਸੀ ਮੈਨੂੰ ਤਾਂ ਐਵੇਂ ਲੱਗਦਾ ਸੀ ਮੇਰੇ ਚੱਕਰ ਕੱਟ ਰਹੇ ਹੋ ਇੱਕ ਮਿੰਟ ਤੁਸੀਂ ਬੇਬੇ ਦੀ ਕੁੜੀ ਨਹੀਂ ਨਹੀਂ ਜਿਹੜੀ ਮੇਰੇ ਨਾਲ ਸੀ ਉਹ ਬੇਬੇ ਦੀ ਕੁੜੀ ਉਹ ਮੋਟੀ ਝੱਲੀ ਜੀ ਤੁਹਾਨੂੰ ਕਿਵੇਂ ਪਤਾ ਉਹ ਝੱਲੀ ਆ ਅੱਛਾ ਉਹ ਸੱਚੀ ਝੱਲੀ ਵੀ ਹੈ ਮੈਂ ਤਾਂ ਉਂਝ ਕਿਹਾ ਸੀ ਉਹ ਜੀਜਾ ਜੀ ਮੈਨੂੰ ਤਾਂ ਡਰ ਲੱਗਦੇ ਹੈਲੋ ਛਿੰਦਿਆ ਮੈਂ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਛੇਤੀ ਮੈਨੂੰ ਚਾਚੇ ਦੀ ਮੋਟਰ ਤੇ ਮਿਲ ਸਾਹਿਬਾ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਨਹੀਂ ਤੂੰ ਅੱਤ ਤੋਂ ਬਾਅਦ ਮੈਨੂੰ ਫੋਨ ਲਈ ਕੀ ਗੱਲ ਹੋ ਗਈ ਛਿੰਦਿਆ ਜੋ ਤੂੰ ਮੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਹੈਲੋ ਓ ਛਿੰਦੇ ਓ ਬੱਲੀ ਪੂਰੇ ਗੁੱਸੇ 'ਚ ਮੋਟਰ ਵੱਲ ਗਿਆ ਮੋਟਰ ਵੱਲ ਹਾਂ ਕੋਈ ਨਾ ਲੈ ਲਈ ਉਹਦਾ ਹਾਂ ਉਹ ਛਿੰਦੇ ਕਿੱਥੇ ਚੱਲਿਆ ਚੱਲ ਮੇਰੇ ਨਾਲ ਤੂੰ ਵੀ ਦੇਖ ਲਾ ਕਿੱਥੇ ਚਲੀ ਗਈ ਸਾਹਿਬ ਮੈਂ ਤੇਰੇ ਨਾਲ ਗੱਲ ਕਰ ਲਈ ਹਾਂਜੀ ਭਾਬੀ ਬੋਲੋ ਮੈਂ ਤੇ ਤੇਰੇ ਵੀਰਾ ਚਾਹੁੰਦੇ ਆ ਕਿ ਤੇਰਾ ਵਿਆਹ ਸਨੀ ਨਾਲ ਕਰਾ ਦੇ ਮੈਨੂੰ ਵੀ ਬਹੁਤ ਪਸੰਦ ਹੈ ਸਨੀ ਤੇ ਤੇਰੇ ਵੀਰੇ ਨੂੰ ਵੀ ਤੇ ਸਨੀ ਵੀ ਤੈਨੂੰ ਬਹੁਤ ਪਸੰਦ ਕਰਦਾ ਹੁਣ ਤੂੰ ਦੱਸ ਸਾਡੀ ਤਾਂ ਹਾਂ ਹੈ ਜਿੱਦਾਂ ਤੁਸੀਂ ਠੀਕ ਸਮਝੋ ਭਾਬੀ ਉਹ ਮਰਿਆ ਨੀ ਹੁਣੇ ਤੱਕ ਵੱਡਾ ਸਲਵਾਸ ਪੀਣ ਵਾਲਾ ਸਲਵਾਸ ਤਾਂ ਤੇਰੇ ਕੋਲੇ ਮੁੱਕੀ ਪਈ ਆ ਉਹ ਚਿੰਤਿਆ ਮੈਂ ਵਿਆਹ ਨਹੀਂ ਕਰਾਉਣਾ ਤੇ ਤੈਨੂੰ ਵਿਆਹ ਕਰਾਉਣ ਨੂੰ ਕਹਿੰਦਾ ਵੀ ਕੌਣ ਹੈ ਅਰੇ ਗੱਲ ਸੁਣਾ ਇਹ ਸਲਵਾਸ ਤੂੰ ਕਿੱਧਰ ਲੱਗਦਾ ਫਿਰਦਾ ਵਾ ਮੈਂ ਤੈਨੂੰ ਦੱਸਾਂ ਪੀਣ ਵਾਲੀ ਚੀਜ਼ ਤਾਂ ਲਾਲ ਭਰੀ ਆ ਮੇਰੇ ਨਾਲ ਚੱਲ ਮੈਂ ਤੈਨੂੰ ਧੋਣਾ ਲਾਲ ਭਰੀ ਵੱਡਾ ਹੈ ਦਾਰੂ ਪੀਣ ਵਾਲਾ ਇੱਥੇ ਛਾਪਾ ਪਿਆ ਹੋਇਆ ਹੈ ਮੈਂ ਤਾਂ ਪਹਿਲਾਂ ਹੀ ਪਤਾ ਸੀਗਾ ਤੂੰ ਕੁੜੀ ਕਮਲੀ ਆ ਤੂੰ ਤਾਂ ਐਵੇਂ ਉਹਦੇ ਪਿੱਛੇ ਪਿਆ ਸੀਗਾ ਉਹ ਕੁੜੀ ਤਾਂ ਮੇਰੇ ਲਾਇਕ ਸੀਗੀ ਉਹ ਅਮਲਿਆ ਤੈਨੂੰ ਪਹਿਲੇ ਪਤਾ ਸੀਗਾ ਤਾਂ ਪਹਿਲੇ ਕੋਈ ਨਹੀਂ ਬੋਲਿਆ ਤੂੰ ਕਿਹੜਾ ਮੈਨੂੰ ਪੁੱਛ ਕੇ ਛਗਣ ਪਾਇਆ ਸੀਗਾ ਉਹ ਯਾਰ ਅਮਲਿਆ ਰਹਿਣ ਦੇ ਹੁਣ ਜੋ ਹੋਣਾ ਸੀ ਉਹ ਹੋ ਗਿਆ ਅਬ ਚੋਲਾ ਵੀ ਆ ਗਿਆ ਬਈ ਤੁਸੀਂ ਮੈਨੂੰ ਇੱਥੇ ਕਾਹਤੇ ਬੁਲਾਇਆ ਮਿਲਨ ਸਿਆ ਹੁਣ ਇਹ ਵਿਆਹ ਨਹੀਂ ਹੋਣਾ ਮੈਨੂੰ ਕਹਿਣਾ ਹੀ ਨਹੀਂ ਸੀ ਮੈਨੂੰ ਕਿਹੜਾ ਪਤਾ ਸੀ ਉਹ ਕੁੜੀ ਪਾਗਲ ਆ
ਪਰ ਹੁਣ ਤਾਂ ਬੁੜੀ ਆਪਣੇ ਗੰਡਾਸੇ ਦੀ ਨੋਕ ਤੇ ਵਿਆਹ ਕਰਾ ਕੇ ਹੀ ਹਟੂ। ਆਪਾਂ ਐਂ ਕਰਦੇ ਆ, ਕੁਛ ਦਿਨਾਂ ਲਈ ਵਿਚੋਲੇ ਨੂੰ ਪਿੰਡ ਤੋਂ ਹੀ ਗਾਇਬ ਕਰ ਦਿੰਨੇ। ਉਹ ਸਾਲਿਆ ਮੈਨੂੰ ਗਾਇਬ ਕਰਨ ਦੀ ਗੱਲਾਂ ਸੋਚਦੇ ਆ, ਕੁਛ ਹੋਰ ਚੱਜ ਦਾ ਆਈਡੀਆ ਸੋਚ ਯਾਰ। ਤੁਸੀਂ ਬੈਠ ਕੇ ਸੋਚੋ, ਆਪਾਂ ਖੜ ਕੇ ਸੋਚਦੇ ਆ। ਆਈਡੀਆ ਕਿਉਂ ਨਾ ਸੀ ਪੰਨੋ ਨੂੰ ਕਿਡਨੈਪ ਕਰ ਲਈਏ।